ਕੱਲ੍ਹ ਦਾ ਕੈਪਟਨ ਸਾਹਿਬ ਨੇ ਜੋ ਬਿਜਲੀ ਦੇ ਬਿੱਲ ਆ ਬਹੁਤ ਜ਼ਿਆਦਾ ਵਧਾਤੇ ਆ, ਤੁਸੀਂ ਵੀ ਸੁਣਿਆ ਹੋਊਗਾ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਦੇਖੋ, ਗਰੀਬ ਆਦਮੀ ਨੂੰ ਮਾਰਨੀ ਪੈਣੀ ਚਾਹੀਦੀ ਹੈ। ਬਿਜਲੀ ਦੇ ਬਿੱਲ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦੇ ਨੇ, ਅਤੇ ਜੇ ਹੋਰ ਵੀ ਇਜਾਫਾ ਹੋਏਗਾ ਤਾਂ ਮੱਧ ਵਰਗੀ ਇਨਸਾਨ ਅਤੇ ਗਰੀਬ ਨੂੰ ਬਹੁਤ ਦਿੱਕਤ ਹੋਏਗੀ। ਮਤਲਬ ਕੀ ਸਰਕਾਰ ਕੋਲ ਇਹੀ ਇੱਕ ਤਰੀਕਾ ਹੈ ਆਮਦਨ ਦਾ, ਹੋਰ ਕੋਈ ਨਹੀਂ ਰਹਿ ਗਿਆ? ਹੋਰ ਨਵੇਂ ਉਪਰਾਲੇ ਕਰਨੇ ਚਾਹੀਦੇ ਨੇ, ਯੁਵਾ ਪੀੜ੍ਹੀ ਨੂੰ ਹੋਰ ਇੰਪਲੋਇਮੈਂਟ ਦੇਣੀ ਚਾਹੀਦੀ ਨੇ ਤਾਂ ਜੋ ਫਾਈਨੈਂਸ ਹੋਰ ਜਨਰੇਟ ਹੋ ਸਕੇ। ਅਤੇ ਜਿਹੜਾ ਬਿੱਲ ਇਹਨਾਂ 14-15 ਰੁਪਏ ਲੱਗੇ ਬਈ ਯੂਨਿਟ ਪਊਗਾ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਦੇਖੋ ਜੀ, ਕੀਮਤਾਂ ਬਹੁਤ ਵੱਧ ਗਈਆਂ ਨੇ, ਇਹਨਾਂ 'ਚ ਕਟੌਤੀ ਹੋਣੀ ਹੀ ਚਾਹੀਦੀ ਹੈ ਤਾਂ ਜੋ ਆਮ ਆਦਮੀ ਸੁਖੀ ਜੀਵਨ ਜਿਉ ਸਕੇ। ਹਾਂਜੀ, ਇਹ ਜਿਹੜਾ ਬਿਜਲੀ ਦੇ ਬਿੱਲ ਵਧਾਈ ਜਾਂਦੇ ਆ ਜੀ, ਇਹ ਬਿੱਲ ਇਹਨਾਂ ਨੂੰ ਨਹੀਂ ਵਧਾਉਣੇ ਚਾਹੀਦੇ। ਕਿਉਂ ਜੀ? ਇਹ ਕੀ ਹੈ, ਆਪਣੇ ਉੱਪਰ ਬੋਝ ਪੈ ਰਿਹਾ। ਇਹ ਜਿਹੜੇ ਦੂਸਰੇ ਪਾਸੇ ਫ੍ਰੀ ਬਿਜਲੀਆਂ ਦੇਈ ਜਾਂਦੇ ਆ, ਸਾਨੂੰ ਇਹ ਬਿਜਲੀ ਕਿਉਂ ਮਹਿੰਗੀ ਕਰ ਰਹੇ ਆ? ਕਿਸੇ ਨੂੰ ਬਿਜਲੀ ਫ੍ਰੀ ਨਹੀਂ ਦੇਣੀ ਚਾਹੀਦੀ, ਯੂਨਿਟ ਦਾ ਇੱਕ ਹੀ ਰੇਟ ਕਰਨਾ ਚਾਹੀਦਾ ਇਹਨਾਂ ਨੂੰ, ਅਤੇ ਸਾਰਿਆਂ ਨੂੰ ਇੱਕੋ ਰੇਟ ਦੇ ਕੇ ਅਤੇ ਬਿਜਲੀ ਸਪਲਾਈ ਕਰਨੀ ਚਾਹੀਦੀ ਹੈ। ਤੁਸੀਂ ਸਮਝਦੇ ਵੀ ਇਹ ਵਾਕਈ ਜਿਹੜਾ 14-15 ਰੁਪਏ ਪਊ ਬਹੁਤ ਮਹਿੰਗਾ ਆ? ਇਹ ਬਹੁਤ ਮਹਿੰਗਾ ਜੀ, ਬਹੁਤ ਜ਼ਿਆਦਾ ਮਹਿੰਗਾ, ਥੋੜ੍ਹਾ ਨਹੀਂ ਬਹੁਤ ਜ਼ਿਆਦਾ ਮਹਿੰਗਾ, ਸਾਡੇ 'ਤੇ ਬੋਝ ਪੈ ਰਿਹਾ ਇਹ ਸਭ। ਅਫੋਰਡ ਕਰਨਾ ਸੌਖਾ ਹੈਗਾ ਔਖਾ? ਬਹੁਤ ਔਖਾ ਜੀ, ਬਹੁਤ ਔਖਾ ਆ। ਇਹਦਾ ਕੀ ਹੱਲ ਹੋਣਾ ਚਾਹੀਦਾ? ਇਹਦਾ ਹੱਲ ਇੱਕੋ ਹੀ ਹੈ ਜੀ, ਬਸ ਬਿਜਲੀ ਸਸਤੀ ਕਰਨ। ਇਹ ਜਿਹੜੇ ਆਪਣਾ ਇਹਨਾਂ ਨੇ ਜਿਹੜੇ ਪੈਸੇ ਵਿੱਚੋਂ ਖਾਂਦੇ, ਨਹੀਂ ਖਾਣੇ ਚਾਹੀਦੇ ਇਹਨਾਂ ਨੂੰ। ਧੰਨਵਾਦ ਜੀ। ਓਕੇ। ਆ ਗੌਰਮੈਂਟ ਨੇ ਕੱਲ੍ਹ ਜੇ ਐਲਾਨ ਕੀਤਾ ਆ ਕਿ ਲਾਈਟ ਮਹਿੰਗੀ ਹੋ ਚੱਲੀ ਆ, ਵੀਰੇ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਵੀਰ ਜੀ, ਵਿਚਾਰ ਤਾਂ ਇਹੋ ਹੀ ਆ ਕਿ ਜਿਹੜੇ ਹੁਣ ਆਪਣੀ ਲਾਈਟ ਆ ਇਹ ਸਾਰੀ ਬਾਹਰ ਵਿੱਚ ਹੀ ਜਾਣ ਡਈ ਆ। ਕਿਹੜੀ? ਜਿਹੜੀ ਜਿਹੜੀ ਆ ਪੰਜਾਬ ਦੀ ਭਾਖੜਾ ਡੈਮ ਵਾਲੀ? ਹਾਂ, ਭਾਖੜੇ ਵਾਲੀ, ਜਿਹੜੀ ਭਾਖੜਾ ਡੈਮ ਤੋਂ ਬਣਦੀ ਆ, ਬਣਦੀ ਆ, ਸਾਰੀ ਬਾਹਰ ਵਿੱਚ ਹੀ ਜਾਣ ਡਈ ਆ। ਇੱਥੇ ਪੰਜਾਬ ਨੂੰ ਤਾਂ ਉਹ ਵਾਲੀ ਮਿਲਣੀ ਡਈ, ਉਹ ਲਾਈਟ ਪੰਜਾਬ ਨੂੰ ਦੇਣ, ਅਤੇ ਜਿਹੜੀਆਂ ਬਾਹਰ ਤੋਂ ਕੋਲਾ ਮੰਗਾ ਮੰਗਾ ਕੇ ਜਿਹੜੀ ਲਾਈਟ ਆ ਉਹ ਇੱਥੇ ਦੇਣ ਡਏ ਆ, ਉਹ ਸਾਨੂੰ ਯੂਨਿਟ ਇੰਨਾ ਨਾ ਮਹਿੰਗਾ ਪੈਂਦਾ ਆ, ਕੋਲਾ ਬਾਹਰੋਂ 15-15 ਰੁਪਏ। ਇਹ ਏਡੀ ਏਡੀ ਲਾਈ 14-15 ਰੁਪਏ ਯੂਨਿਟ ਜਾਊਗੀ, ਇਹ ਲੋਕ ਦੇ ਸਕਣਗੇ ਬਿੱਲ? ਕੇਜਰੀਵਾਲ ਨੇ ਕਿੰਨਾ ਦਿੱਲੀ ਦੇ ਵਿੱਚ ਨਾ ਕਿ ਰਾਹਤ ਦਿੱਤੀ ਲੋਕਾਂ ਨੂੰ, ਪਰ ਸਾਡੇ ਕਿਉਂ? ਸਾਡੇ ਬਹੁਤ ਜ਼ਿਆਦਾ, ਕੋਈ ਰੋਜ਼ਗਾਰ ਦੇਣ, ਕੋਈ ਨਾ ਕਿ ਪੰਜਾਬ ਨੂੰ ਇੰਡਸਟਰੀ ਦੇਣ, ਤਾਂ ਹੀ ਬਿੱਲ ਵਧਾਉਣ। ਕੋਈ ਕਰਦੇ ਤਾਂ ਹੈ ਆ, ਤੇ ਬਿੱਲ ਉੱਤੇ ਲੋਕਾਂ ਦੇ ਉੱਤੇ ਥਾਪੀ ਜਾਂਦੇ, ਲੋਕ ਕਿੱਥੋਂ ਦੇਣਗੇ ਬਿੱਲ? ਕਮਰਸ਼ੀਅਲ ਕੰਮਾਂ ਲਈ ਚਲੋ ਠੀਕ ਹੈ, ਕਮਰਸ਼ੀਅਲ ਕੰਮਾਂ ਨੂੰ ਤਾਂ ਬਿੱਲ ਦੇਣਾ ਚਾਹੀਦਾ, ਉਹਨਾਂ ਦਾ ਚਲੋ ਬਣਦਾ, ਇਨਕਮ ਵੀ ਆਉਂਦੀ ਹੈ। ਹੁਣ ਜਿਹੜੇ ਗਰੀਬ ਬੰਦੇ ਆ, ਮਾਤੜ ਬੰਦੇ ਆ, ਉਹ ਕਿੱਥੋਂ ਬਿੱਲ ਦੇਣਗੇ ਇੰਨੇ ਇੰਨੇ? ਕੀ ਕਹਿਣਾ ਚਾਹੁੰਦੇ ਗੌਰਮੈਂਟ ਨੂੰ ਤੁਸੀਂ? ਗੌਰਮੈਂਟ ਨੂੰ ਤਾਂ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਹੁਣ ਇੰਨਾ ਦਾ ਮਹਿੰਗੇ ਬਿੱਲ ਦੇਣ ਡੇ, ਲਾਈ ਜਾਣ ਡੇ 15-15 ਰੁਪਏ, ਲੋਕ ਕਿੱਥੋਂ ਭਰਨਗੇ? ਇਹ ਲੋਕ ਕਿੱਥੋਂ ਭਰਨਗੇ? ਬਿਜਲੀ ਦਾ ਬਿੱਲ ਸਸਤਾ ਕੀਤਾ ਜਾਵੇ ਤਾਂ ਹੀ ਲੋਕ ਭਰਨਗੇ। ਕਿਸਾਨੀ ਦਾ ਬੇੜਾ ਡੁੱਬਦਾ ਜਾਂਦੇ ਆ, ਕਿਸਾਨ ਤਾਂ ਬਰਬਾਦ ਹੁੰਦੇ ਆ। ਇਸ ਕਰਕੇ ਸਰਕਾਰ ਅੱਗੇ ਬੇਨਤੀ ਹੈ, ਕੈਪਟਨ ਸਾਹਿਬ, ਬੱਤੀ ਦਾ ਬਿੱਲ ਜਿਹੜਾ ਵਧਾਉਂਦੇ ਪਏ ਉਹ ਘੱਟ ਕਰੋ, ਤਾਂ ਹੀ ਬਿੱਲ ਭਰ ਸਕਾਂਗੇ, ਨਹੀਂ ਤਾਂ ਅਸੀਂ ਤਾਂ ਅੱਗੇ ਨਾ ਕਿ ਉਜੜੇ ਬਾਹਰ ਜਾ ਕੇ ਕੰਮ ਕਰ ਰਹੇ ਹਾਂ। ਬੱਚੇ ਸਾਡੇ ਕਿਉਂ ਜਾਣ ਬਾਹਰ? ਜੇ ਗਵਰਨਮੈਂਟ ਸਾਡਾ ਬੱਚਿਆਂ ਦਾ ਕੁਛ ਸੋਚੇ ਤੇ ਸੋਚਿਆ, ਇਹਨਾਂ ਨੇ ਇੱਥੇ ਉਹਨਾਂ ਨੇ ਨੌਕਰੀਆਂ ਦੇਵੇ, ਇੱਥੇ ਇਹਨਾਂ ਨੂੰ ਕਾਰੋਬਾਰ ਦੇਵੇ, ਤਾਂ ਕਿਉਂ ਬਾਹਰ ਨੱਠਣ, ਕਿਉਂ ਗਰੀਬ ਮਰਨੇ? ਸਾਡੀ ਫਸਲਾਂ ਦਾ ਰੇਟ ਦੇਵੇ, ਕੋਈ ਆਉਂਦਾ ਹੁੰਦਾ, ਕੋਈ ਇਨਸਾਫੀ ਨਹੀਂ ਹੈਗੀ ਇਹਨਾਂ ਨੇ, ਕੋਈ ਹੈ ਹੀ ਨਹੀਂ ਗਾ। ਕੋਈ ਜਿਹੜੀ ਸਰਕਾਰ ਆਉਂਦੀ ਉਹ ਆਪਣੇ ਢਿੱਡ ਭਰੀ ਜਾਂਦੀ ਆ, ਗਰੀਬ ਦਾ ਨਹੀਂ ਸੋਚਦੀ ਕੁਛ। ਮਾਤਾ ਜੀ ਨੇ ਬਿੱਲ ਵੀ ਕੱਲ੍ਹ ਦੇ 14-15 ਰੁਪਏ ਯੂਨਿਟ ਹੋ ਚੱਲਿਆ ਆ, ਇਹਨਾਂ ਨੇ ਪਤਾ ਕੀ ਕਰਨਾ? ਇਹਨਾਂ ਹੱਥ ਜੋੜਦੇ ਆ, ਅਸੀਂ ਆਹ ਕਰਾਂਗੇ, ਜੇ ਕਰਾਂਗੇ, ਵਾਅਦੇ ਕਰਕੇ ਮੁੱਕਰਦੇ ਜਾਂਦੇ ਆ। ਹੁਣ ਇਹਨਾਂ ਬੱਤੀ ਦੇ ਬਿੱਲ ਲਾ ਕੇ ਇੰਨੇ, ਤੇ ਕੀ ਕਰਨਗੇ ਸਰਕਾਰ ਤਾਂ ਕੀ ਕਰਨਗੇ ਗਰੀਬ ਤਾਂ ਕੀ ਕਰਨਗੇ ਦੂਜੇ? ਉਹ ਕੀ ਕਿੱਥੋਂ ਬੱਤੀਆਂ ਦਾ ਇੰਨੇ ਬਿੱਲ ਦੇਣਗੇ? ਜਿਹਨਾਂ ਨੇ ਦਿਹਾੜੀ ਕਮਾਉਣੀ ਆ, ਦਿਹਾੜੀ ਖਾਣੀ ਆ, ਉਹ ਕਿੱਥੋਂ ਦੇਣਗੇ? ਇਹਨਾਂ ਨੂੰ ਆਪਣੇ ਆਪ ਸ਼ਰਮ ਹੋਣੀ ਚਾਹੀਦੀ ਆ, ਗੌਰਮੈਂਟ ਨੂੰ ਆਪਣਾ ਸੋਚੇ ਕਿ ਮੈਂ ਕੀ ਵਾਅਦੇ ਕੀਤੇ ਤੇ ਕੀ ਕਮਾਉਣ ਡਿਆ ਤੇ ਕੀ ਮੈਂ ਕਰਨ ਡਿਆ। ਘਰ ਘਰ ਕਹਿੰਦੇ ਨੌਕਰੀ, ਬੱਚੇ ਨੂੰ ਤਾਂ ਘਰ ਘਰ ਨੌਕਰੀ ਦਊਂਗਾ, ਕਿ ਉਹ ਹੁਣ ਵਾਅਦੇ ਕਿੱਥੇ ਆ ਦੇ?
ਗਰੀਬਾਂ ਨੂੰ ਤਾਂ ਮੈਂ ਆ ਦਊਂਗਾ ਜੇ ਦਊਂਗਾ ਵੋਟਾਂ ਤਾਂ ਲੈ ਲਈਆਂ ਹੁਣ ਇਹ ਕਿੱਥੇ ਆ ਮੁੜ ਕੇ ਆਣ ਕੇ ਵੇਖਿਆ ਕਿਸੇ ਵੱਲ ਵੀ ਕੀ ਆ ਤੇ ਕੀ ਨਹੀਂ ਰਹੇਗਾ ਇਹਨੂੰ ਸੋਚਣਾ ਚਾਹੀਦਾ ਹੈ ਉੱਥੇ ਵੇਖੋ ਕਿਤੇ ਦਿੱਲੀ ਵਿੱਚ ਕਿੰਨੀਆਂ ਸਹੂਲਤਾਂ ਦੇਣ ਡੇ ਆ ਇੱਥੇ ਕੀ ਆ ਜੋ ਇਲਾਜ ਮੁਫ਼ਤ ਹੋਣ ਡੇ ਆ ਸਭ ਉੱਥੇ ਇੰਨੀਆਂ ਸਹੂਲਤਾਂ ਇਹ ਆਉਂਦੇ ਹੁੰਦੇ ਆਪਣਾ ਢਿੱਡ ਭਰੀ ਜਾਂਦਾ ਆ ਵਾ ਜੇ ਮੇਰੇ ਕੋਲ ਪੈਸਾ ਹੈ ਨਹੀਂ ਤਾਂ ਫਿਰ ਦਫਾ ਹੋਵੇ ਜਾ ਕੇ ਛੱਡੇ ਇਹਨੂੰ ਜਿਹਦਾ ਖਜ਼ਾਨਾ ਖਾਲੀ ਆ ਤੇ ਛੱਡੇ ਵੇਖੋ ਜੀ ਭਾਂਗੜਾ ਡੈਮ ਸਾਡਾ ਉੱਥੋਂ ਹੀ ਬੱਤੀ ਫ੍ਰੀ ਬਣਾ ਸਕਦੇ ਆ ਇਹਦੇ ਵਿੱਚ ਇਹ ਆ ਬਈ ਯੂਪੀ ਦੀ ਸਰਕਾਰ ਸਾਰੀ ਸਾਡੇ ਕੋਲੋਂ ਮੈਂ ਉੱਥੇ 16 ਸਾਲ ਰਹਿ ਕੇ ਆਇਆ 440 ਰੁਪਏ ਬਿੱਲ ਦਿੰਦੇ ਆ ਜੀ ਲੇਕਿਨ ਦੂਸਰਾ ਪੱਖ ਇਹ ਆ ਵੀ 16 ਘੰਟੇ 14 ਘੰਟੇ ਦੋ ਸ਼ਿਫਟਾਂ ਦੇ ਵਿੱਚ ਉਹ ਬਿਜਲੀ ਦਿੰਦੀ ਰਹੀ ਆ ਔਰ ਸਾਰੇ ਅਸੀਂ ਉੱਥੋਂ ਮਾਣਦੇ ਰਹੇ ਹਾਂ ਮੈਂ ਦੋਸਤੋ 2002 ਤੋਂ ਲੈ ਕੇ 18 ਦੇ ਵਿੱਚ ਮੈਂ ਆਪਣੀ ਪੈਲੀ ਵੇਚ ਕੇ ਅਖੀਰ ਹਾਰ ਕੇ ਆਇਆ ਉੱਥੇ ਜਿਨਸਾਂ ਦੇ ਭਾਅ ਜਿਹੜੇ ਆ 200 ਰੁਪਈਆ ਘੱਟ ਲੱਗਦੇ ਆ ਲੇਕਿਨ ਇਹ ਆ ਬਿੱਲ ਹੋਣਾ ਚਾਹੀਦਾ ਜਾਇਜ਼ ਹੋਣਾ ਚਾਹੀਦਾ ਹੈ ਔਰ ਪਾਣੀ ਦੀ ਵਰਤੋਂ ਜਿਹੜੀ ਆ ਜਾਇਜ਼ ਹੋਣੀ ਚਾਹੀਦੀ ਆ ਔਰ ਉਹਨਾਂ ਕਿਸਾਨਾਂ ਨੂੰ ਵੀ ਬੱਤੀ ਦੇਣੀ ਚਾਹੀਦੀ ਆ ਬਸ ਆ ਪੂਰੀ ਦੇਣੀ ਚਾਹੀਦੀ ਹਾਂਜੀ ਦੇਖੋ ਜਿਹੜੀ ਪੰਜਾਬ ਦੀ ਬਿਜਲੀ ਬਣਦੀ ਹੈ ਉਹ ਗਰੀਬਾਂ ਨੂੰ ਕੁਛ ਨਹੀਂ ਮਿਲਦੀ ਉਹ ਲੀਡਰਾਂ ਦੇ ਘਰੇ ਜਾ ਰਹੀ ਬਿਜਲੀ ਦਿੱਲੀ ਸਰਕਾਰ ਬਿਜਲੀ ਜਿਹੜੀ ਹੈ ਫ੍ਰੀ ਕਰ ਰਹੀ ਹੈ ਪੰਜਾਬ ਦੀ ਬਿਜਲੀ ਬਣਦੀ ਹੈ ਪਰ ਇੱਥੇ ਸਾਨੂੰ ਮਹਿੰਗੀ ਮਿਲਦੀ ਹੈ ਕਿਉਂ ਸਾਰਾ ਸਰਕਾਰ ਨੇ ਤਨਖਾਹ ਮੁਲਾਜ਼ਮਾਂ ਨੂੰ ਦੇਣੀ ਹੈ ਅਤੇ ਪੰਜਾਬ ਦੀ ਬਿਜਲੀ ਵਧਾਵਾ ਲਾ ਕੇ ਗਰੀਬਾਂ ਦਾ ਗਲਾ ਘੋਟਣਾ ਵਾ ਅੱਗੇ ਲੁੱਟ ਖੋਹਾਂ ਪੰਜਾਬ 'ਚ ਘੱਟ ਹੋ ਰਹੀਆਂ ਨੇ ਜਿਤਨੀ ਵੀ ਬਿਜਲੀ ਬਣ ਰਹੀ ਹੈ ਉਹ ਲੀਡਰਾਂ ਦੇ ਘਰੇ ਜਾ ਰਹੀ ਹੈ ਬਿੱਲ ਮਹੀਨੇ ਦਾ ਮਹੀਨਾ ਪੇ ਕਰੋ ਫਿਰ ਹਾਂਜੀ ਹਰ ਸਿਆ ਬਿੱਲ ਮਹੀਨੇ ਦੇ ਮਹੀਨੇ ਪੇ ਕਰੋ ਜੀ ਕਿਉਂ ਮਹੀਨਾ 2 ਮਹੀਨੇ ਦਾ ਸਾਨੂੰ ਭੇਜ ਦਿਓ ਇਹ 2 ਮਹੀਨੇ ਬਾਅਦ ਭੇਜਦੇ ਆ 2 ਮਹੀਨੇ ਬਾਅਦ ਭੇਜਦੇ ਆ ਕਿਉਂ ਉਹਦੇ ਨਾਲ 2 ਮਹੀਨੇ ਭੇਜਣਾ ਕੀ ਹੁੰਦਾ ਫਿਰ ਜੀ ਬਿੱਲ ਜ਼ਿਆਦਾ ਹੁੰਦਾ ਸਾਨੂੰ ਜੀ ਉਹਨਾਂ ਸਾਨੂੰ ਜਿੰਨਾ ਸਾਨੂੰ ਫ੍ਰੀ ਮਿਲਦੀ ਉਹ ਤੋਂ ਜ਼ਿਆਦਾ ਪੈਸੇ ਉਹ ਤੋਂ ਜ਼ਿਆਦਾ ਹੁੰਦਾ ਆ ਬਿੱਲ ਜ਼ਿਆਦਾ ਹੁੰਦੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਇਹ ਕਹਿੰਦੇ ਮਹੀਨੇ ਦੇ ਮਹੀਨੇ ਜੇ ਗਵਰਨਮੈਂਟ ਮਹੀਨੇ ਦੇ ਮਹੀਨੇ ਤਨਖਾਹ ਦਿੰਦੀ ਹੈ ਸਾਰਿਆਂ ਨੂੰ ਤਾਂ ਤੁਹਾਨੂੰ ਮਹੀਨੇ ਬਾਅਦ ਬਿੱਲ ਪੇ ਕਰਨ ਆਵੇ ਤੇ ਕੋਈ ਮਸਲਾ ਹੱਲ ਹੋਏਗਾ ਇਹਦੇ ਸਾੜਾ ਤੇ ਅਕਾਲੀ ਭਾਜਪਾ ਜ਼ਿਆਦਾ ਛੁਰੀ ਓੜ ਤੇਜ਼ ਕਰਤੀ ਹੈਗੀ ਹੈ ਕਿਸੇ ਤਰ੍ਹਾਂ ਮੌਕਾ ਲੱਗੇ ਬੰਦੇ ਨੂੰ ਮਾਰ ਦਿਓ ਬਸ ਕੀ ਹੋਏਗਾ ਦੱਸੋ ਇਹ ਗੱਲ ਹੈ ਜਨਾਬ ਸਾਰੀਆਂ ਸਟੇਟਾਂ ਵਿੱਚ ਰੇਟ ਬੱਤੀ ਦਾ ਇੱਕੋ ਹੀ ਹੋਣਾ ਚਾਹੀਦਾ ਹੈ ਇਹ ਨਹੀਂ ਗਾ ਕਿ ਦਿੱਲੀ ਵਿੱਚ 5 ਰੁਪਈਏ ਹੈ ਅਤੇ ਪੰਜਾਬ ਦੇ ਵਿੱਚ 10 ਰੁਪਈਏ ਰੇਟ ਲੋਕਾਂ ਨੂੰ ਭਰਨਾ ਪਵੇ ਪੰਜਾਬ ਨਾਲ ਇੰਨਾ ਵਿਤਕਰਾ ਕਿਉਂ ਹੋ ਰਿਹਾ ਬਿਲਕੁਲ ਇਹ ਇਹਨਾਂ ਨੂੰ ਲੀਡਰਾਂ ਨੂੰ ਸੋਚਣਾ ਚਾਹੀਦਾ ਪੰਜਾਬ ਬਾਰੇ ਵੀ ਕੈਪਟਨ ਨੂੰ ਕੀ ਕਹੋਗੇ ਤੁਸੀਂ ਕੈਪਟਨ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜਿਵੇਂ ਕਾਰੋਬਾਰ ਲੋਕਾਂ ਦੇ ਠੱਪ ਹੋਏ ਇੱਕ ਰੇਟ ਬਰਾਬਰ ਦਾ ਕਰਨਾ ਚਾਹੀਦਾ ਇਹਨਾਂ ਨੂੰ ਸਾਰੀਆਂ ਸਟੇਟਾਂ ਨੂੰ ਇੱਕ ਰੇਟ ਹੋਣਾ ਚਾਹੀਦਾ ਆ ਸਾਰਿਆਂ ਦਾ ਬਰਾਬਰ ਹੋਣਾ ਚਾਹੀਦਾ ਆ ਹਾਂਜੀ ਹਾਂਜੀ ਬੱਚਿਆਂ ਨੂੰ ਕੰਮ ਕੋਈ ਨਹੀਂ ਮਿਲ ਰਿਹਾ ਬਾਹਰ ਨੂੰ ਭੱਜ ਰਹੇ ਆ ਤੇ ਸਰਕਾਰ ਮਹਿੰਗਾਈ ਕਰ ਰਹੀ ਆ ਜੀ ਬਿੱਲ ਵਧਾ ਰਹੀ ਹੈ ਬਿਜਲੀ ਦਾ ਤੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਆ ਬਿੱਲ ਫਿਰ ਦੇ ਸਕਦੇ ਆ ਬਿੱਲ ਫਿਰ ਦੇ ਸਕਦੇ ਆ ਠੀਕ ਹੈ ਜੀ ਹਾਂਜੀ ਜਿਹੜਾ ਤਾਂ ਜੀ ਬਿਜਲੀ ਦਾ ਰੇਟ ਵਧਾਇਆ ਵਾ ਇਹਦਾ ਬਹੁਤ ਗਲਤ ਕੀਤਾ ਗਿਆ ਜੀ ਉਹ ਕਿੱਦਾਂ ਜੀ ਰੇਟ ਵਧਾਉਣ ਨਾਲ ਜੀ ਹੁਣ ਹਰ ਇੱਕ ਚੀਜ਼ ਮਹਿੰਗੀ ਹੋਊਗੀ ਦੁਕਾਨਦਾਰ ਆਪਣਾ ਖਰਚਾ ਤਾਂ ਕਿੱਥੋਂ ਕੱਢਣਗੇ ਜੀ ਅਤੇ ਇਹ ਕੀਤਾ ਜਾਏਗਾ ਸਾਡੇ ਕੈਪਟਨ ਸਰਕਾਰ ਨੂੰ ਦਿੱਲੀ ਸਰਕਾਰ ਤੋਂ ਕੁਛ ਸਿੱਖਣਾ ਚਾਹੀਦਾ
ਕੈਪਟਨ ਸਰਕਾਰ ਨੂੰ ਦਿੱਲੀ ਸਰਕਾਰ ਵੱਲੋਂ ਕੁਛ ਸਿੱਖਣਾ ਚਾਹੀਦਾ, ਉੱਥੇ ਤਰ੍ਹਾਂ ਬਿਜਲੀ ਦੇ ਰੇਟ ਕਰਨੇ ਚਾਹੀਦੇ ਨੇ। ਬਿਲਕੁਲ, ਜਿਹੜਾ ਕਿ 2 ਰੁਪਏ ਯੂਨਿਟ 2.5 ਰੁਪਏ ਯੂਨਿਟ ਦਿੱਲੀ ਸਰਕਾਰ ਦੇ ਰਹੀ ਹੈ, ਹਜੇ ਕਿ ਉਹ ਬਾਹਰੋਂ ਦੀ ਪਰਚੇਸ ਕਰਕੇ ਦੇ ਰਹੀ ਹੈ, ਅਤੇ ਸਾਡੀ ਆਪਣੇ ਭਾਂਖੜਾ ਹੋਣ ਕਰਕੇ, ਭਾਂਖੜਾ ਨਹਿਰ ਦੇ ਵਿੱਚ ਆਪਣੀ ਬਿਜਲੀ ਪ੍ਰੋਡਿਊਸ ਹੋਣ ਕਰਕੇ ਆਪਾਂ ਬਾਹਰ ਹਿਮਾਚਲ ਨੂੰ ਵੇਚੀ ਜਾ ਰਹੇ ਹਾਂ, ਹਰਿਆਣੇ ਨੂੰ ਵੇਚੀ ਜਾ ਰਹੇ ਹਾਂ, ਇੱਥੇ ਕੁਛ ਨਹੀਂ ਮਿਲ ਰਿਹਾ ਸਾਨੂੰ, ਅਤੇ ਰੇਟ ਵੱਧ ਰਹੇ ਨੇ। ਉਸ ਵੇਲੇ ਆਪਾਂ ਦੇਖ ਰਹੇ ਹਾਂ ਹੁਣ ਸਾਰੀ ਜਿਹੜੀ ਆਪਣੇ ਐਜੂਕੇਟਿਡ ਪਰਸਨ ਨੇ, ਯੂਥ ਹੈ, ਉਹ ਸਾਰੀ ਕੈਨੇਡਾ ਜਾਂ ਫਿਰ ਅਮੈਰੀਕਾ ਵੱਲ ਜਾ ਰਹੀ ਹੈ। ਉਹਦਾ ਰੀਜ਼ਨ ਹੀ ਇਹੀ ਹੈ ਕਿ ਇੱਥੇ ਨਾ ਰੋਜ਼ਗਾਰ ਨੇ ਨਾ ਕੁਛ ਨੇ। ਬਟ ਧੰਨਵਾਦ, ਥੈਂਕ ਯੂ ਸਰ। ਬਿਜਲੀ ਦੇ ਬਿੱਲ ਬਹੁਤ ਵੱਧ ਗਏ, ਅੱਗੇ ਹੀ ਬਹੁਤ ਵਧੀਆ, ਸ਼ਹਿਰਾਂ ਨੂੰ ਤਾਂ ਵੈਸੇ ਹੀ ਬੜੀ ਮਾਰ ਪੈਂਦੀ ਪਈ ਹੈ। ਬਿਜਲੀ ਦੇ ਇੰਨੇ ਬਿੱਲ ਬਣ ਗਏ, ਅਸੀਂ ਕਿੱਥੋਂ ਪੂਰਤੀ ਕਰੀਏ ਇੰਨੇ ਬਿਜਲੀ ਦੇ, ਅਤੇ ਲੋਕਾਂ ਨੂੰ ਕਈਆਂ ਨੂੰ ਫ੍ਰੀ ਦੇ ਜਾਂਦੇ ਆ, ਉਹ ਸਾਡੇ ਜਿਹੜੇ ਠੀਕ ਲੋਕਾਂ ਦੇ ਬਾਕੀ ਲੋਕਾਂ ਦੇ ਉੱਤੇ ਵਜ਼ਨ ਪੈ ਜਾਂਦਾ। ਅਸੀਂ ਕਿੰਨਾ ਕੁ ਉਹਨੂੰ ਬਾਹਰ ਨੂੰ ਸਹਿਜੀਏ, ਕਿੰਨਾ ਸਾਨੂੰ ਕਦੋਂ ਤੱਕ ਗਵਰਨਮੈਂਟ ਮਾਰ ਲੈਗੀ ਹੈ? ਛੋਟੇ ਛੋਟੇ ਖਰਚੇ ਸਾਡੇ 'ਤੇ ਲਾ ਕੇ, ਛੋਟੇ ਛੋਟੇ ਖਰਚੇ, ਕਿੰਨੇ ਖਰਚੇ ਹੋ ਗਏ ਹੈ, ਕਿੰਨੇ ਖਰਚੇ, ਕਦੇ ਬਿਜਲੀ ਦਾ ਬਿੱਲ ਆ ਜਾਂਦਾ, ਕਦੇ ਕੁਛ ਆ ਜਾਂਦਾ, ਐਡੇ ਅੱਗੇ ਕੰਮ ਕਰ ਨਹੀਂ, ਇੰਟਰਨੈਸ਼ਨਲ ਮੰਦੀ ਪਈ ਹੈ, ਸਾਰੇ ਮੁਲਕਾਂ 'ਚ ਮੰਦੀ ਪਈ ਹੋਈ ਹੈ, ਅਸੀਂ ਕੀ ਕਰੀਏ ਦੱਸੋ? ਸਰਕਾਰ ਕੋਲ ਕੀ ਮੰਗ ਕਰਦੇ? ਸਰਕਾਰ ਨੂੰ ਅਸੀਂ ਮੰਗਦੇ ਕੁਝ ਬਿਜਲੀ ਬਿੱਲ ਤੋਂ ਘਟਾਓ, ਘੱਟੋਂ ਘੱਟੇ ਕੋਈ ਬਿਜਲੀ ਦੇ ਘਟਾਏ, ਕੋਈ ਹੋਰ ਸਬਸਿਡੀ ਰਿਆਇਤਾਂ ਦੇ, ਛੋਟੇ ਲੋਕਾਂ ਨੂੰ ਰਿਆਇਤਾਂ ਦੇ ਦੇ ਕੇ ਸਾਡੇ 'ਤੇ ਬਹੁਤ ਪਏ ਜਾਂਦੇ ਸ਼ਹਿਰੀਆਂ ਦੇ ਉੱਤੇ ਸਾਰਾ। ਜੀ ਜੀ, ਇਹ ਕੋਈ ਸਰਕਾਰਾਂ ਦੇ ਕੰਮ ਥੋੜ੍ਹੇ ਹੀ ਹੈ, ਸਾਰਿਆਂ ਨੂੰ ਇੱਕੋ ਜਿਹਾ ਸਮਦਰਸੀ ਤਰੀਕੇ ਨਾਲ ਦੇਖਿਆ ਜਾਏ, ਸਾਰਿਆਂ ਨੂੰ ਇੱਕੋ ਜਿਹਾ ਰੂਪ ਦੇਖਿਆ ਜਾਏ। ਹਾਂਜੀ, ਗਵਰਨਮੈਂਟ ਨੂੰ ਚਾਹੀਦਾ, ਲੋਕਾਂ ਨੇ, ਗਰੀਬ ਆਦਮੀ ਨੇ, ਲੋਕਾਂ ਕੋਲੋਂ ਨਹੀਂ ਆਉਣੇ ਬਿੱਲੇ, ਇੰਨਾ ਨਹੀਂ ਇੱਦਾਂ ਸਰ, ਗਵਰਨਮੈਂਟ ਗਵਰਨਮੈਂਟ ਜਾਣੀ ਮਿਹਰਬਾਨੀ ਕਰਕੇ ਕਿ ਬਿਜਲੀ ਦੇ ਪਿੰਡ ਜਿਹੜਾ ਆਉਣੇ ਸਾਰਾ ਘਟਾਇਆ ਜਾਵੇ, ਤਾਂ ਜਿੰਨੀ ਆਉਣੀ ਜਿੰਨੀ ਕੋਸ਼ਿਸ਼ ਹੋ ਸਕੇ, ਕਿਉਂਕਿ ਗਰੀਬ ਆਦਮੀ ਇਸ ਕਰ ਮਾਰਿਆ, ਬੜੀ ਮੁਸ਼ਕਿਲ ਹੋ ਰਹੀ ਹੈ। ਇਹ ਇਹਨਾਂ ਬਿੱਲ ਅਫੋਰਡ ਕਰ ਲੈਣਗੇ ਲੋਕ? ਨਹੀਂ, ਇੰਨਾ ਨਹੀਂ ਹੋ ਸਕਦਾ। ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਸਾਨੂੰ ਕਹਿਣਾ ਚਾਹੁੰਦਾ ਕਿ ਮਿਹਰਬਾਨੀ ਕਰਕੇ ਬਿੱਲ ਆਣਗੇ, ਘੱਟੋ ਘੱਟ ਆਣਗੇ, ਬਿੱਲ ਆਣਗੇ, ਬਿਜਲੀ ਕਰੋ, ਔਰ ਘੱਟੋ ਘੱਟ ਆਣਗੇ, ਬਿਜਲੀ ਨੂੰ ਆਣ ਕੇ ਚਲਾਓ, ਜ਼ਿਆਦਾ ਨਹੀਂ ਚਲਾਓ।